ਹਾਂਜੀ ਬਾਊ ਜੀ ਮਨਾ ਕੀਤਾ ਵਾ ਘਰੋਂ ਨਿਕਲਣ ਵਾਸਤੇ, ਕਿਉਂ ਨਿਕਲ? ਮੈਂ ਬੈਂਕ ਜਾਣਾ ਬਾਊ ਜੀ, ਮੈਂ ਰੋਟੀ ਕਿੱਥੋਂ ਖਾਵਾਂਗਾ? ਮੈਂ ਬੈਂਕ ਜਾਣਾ। ਹਾਂਜੀ ਪ੍ਰੋਬਲਮ ਇਹ ਹੈਗੀ ਕਿ ਬੈਂਕ ਖੁੱਲ੍ਹੇ ਆ ਅਤੇ ਬੈਂਕ ਕਿਉਂ ਨਹੀਂ ਜਾਣ ਦੇ ਰਹੇ? ਇੱਕ ਪਾਸੇ ਕਹਿੰਦੇ ਨੈਸੈਸਰੀ ਤੁਸੀਂ ਲੈ ਸਕਦੇ ਹੋ, ਘਰ ਦੀ ਨੀਡਸ ਲੈ ਸਕਦੇ, ਅਸੀਂ ਨੀਡਸ ਲੈ ਕੇ ਆਏ ਹਾਂ ਤਾਂ ਸਾਨੂੰ ਘਰ ਵਾਪਸ ਨਹੀਂ ਜਾਣ ਦਿੰਦੇ ਪਏ ਹੁਣ। ਮਹਾਰਾਜ ਠੀਕ ਹੈ, ਮਹਾਰਾਜ ਦੇ ਘਰ ਉਹਨੇ ਸਭ ਕੁਝ ਕਰਨਾ ਜੋ ਕਰਨਾ, ਗੁਰੂ ਰਾਮਦਾਸ ਨੇ ਕਰਨਾ ਜੋ ਕਰਨਾ, ਉਹਦੇ ਹੱਥ ਵਾਸ ਸਾਡੇ ਹੱਥ ਵਾਸ ਕੋਈ ਨਹੀਂ ਹੈਗਾ। ਪੰਜਾਬੀ ਲੋਕ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਜਿੱਥੇ ਕਿ ਨਰਿੰਦਰ ਮੋਦੀ ਸਾਡੇ ਪ੍ਰਧਾਨ ਮਾਨਣੀਏ ਪ੍ਰਧਾਨ ਮੰਤਰੀ ਵੱਲੋਂ ਲੋਕ ਆਊਟ ਕੀਤਾ ਗਿਆ ਵੀ ਲੋਕਾਂ ਨੂੰ ਸ਼ਹਿਰ ਵਿੱਚੋਂ ਜਿਹੜਾ ਨਾ ਨਿਕਲਣ, ਆਪਣੇ ਘਰਾਂ ਵਿੱਚੋਂ ਨਾ ਨਿਕਲ। ਅਸੀਂ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਅੰਮ੍ਰਿਤਸਰ ਸ਼ਹਿਰ ਦੀਆਂ, ਕਿਸ ਤਰ੍ਹਾਂ ਜਿਹੜੇ ਲੋਕ ਨੇ ਸ਼ਰੇਆਮ ਜਿਹੜੇ ਜਾ ਰਹੇ ਨੇ, ਜਿੱਥੇ ਕਿਹਾ ਗਿਆ ਵੀ ਘਰੋਂ ਨਾ ਨਿਕਲਣ, ਪ੍ਰਸ਼ਾਸਨ ਨੇ ਪੂਰਾ ਕਿਹਾ ਗਿਆ, ਪਰ ਲੋਕ ਜਿਹੜੇ ਨਹੀਂ ਹਟਦੇ ਅਤੇ ਪੁਲਿਸ ਵਾਲਿਆਂ ਨਾਲ ਵੀ ਜਿਹੜੇ ਕਾਫੀ ਵੈਸਾ ਵਸਾਈ ਹੋ ਰਹੀ ਹੈ। ਗੱਲਬਾਤ ਕਰ ਲੈਂਦੇ ਆ ਵੀਰ ਜੀ, ਹਾਂਜੀ ਸਰ ਜੀ ਕੀ ਗੱਲ? ਹਾਂਜੀ ਪ੍ਰੋਬਲਮ ਇਹ ਹੈਗੀ ਕਿ ਬੈਂਕ ਖੁੱਲ੍ਹੇ ਆ ਅਤੇ ਬੈਂਕ ਕਿਉਂ ਨਹੀਂ ਜਾਣ ਦੇ ਰਹੇ? ਹਾਂਜੀ ਬਾਊ ਜੀ ਮਨਾ ਕੀਤਾ ਵਾ ਘਰੋਂ ਨਿਕਲਣ ਵਾਸਤੇ, ਕਿਉਂ ਨਿਕਲ? ਮੈਂ ਬੈਂਕ ਜਾਣਾ ਬਾਊ ਜੀ, ਮੈਂ ਰੋਟੀ ਕਿੱਥੋਂ ਖਾਵਾਂਗਾ? ਮੈਂ ਬੈਂਕ ਜਾਣਾ ਤਾਂ ਬੈਂਕ ਜਾਂਚ ਬਣਿਆ, ਟੀਵੀ ਬੋਲਣ ਡੇ ਬੈਂਕ ਜਾ ਸਕਦੇ ਹੋ ਆਪ? ਨਹੀਂ ਬੈਂਕ ਜਾ ਸਕਦੇ ਹਾਂ ਪਰ ਬਹੁਤ ਜ਼ਰੂਰੀ ਕੰਮ, ਤਾਂ ਕਰਕੇ ਪੈਸੇ ਜ਼ਰੂਰੀ ਨਹੀਂ, ਪੈਸੇ ਪਤਾ ਹੀ ਗੱਲ ਹਾਲਾਤ, ਜਾਣ ਤੋਂ ਪਿਆਰਾ ਕੋਈ ਹਾਲ ਨਹੀਂ ਆ ਬਾਈ। ਬੈਂਕ ਦੇ ਵਿੱਚੋਂ ਪੈਸੇ ਕੱਢਣੇ ਨਹੀਂ, ਮੈਨੂੰ ਜਵਾਬ ਦਿਓ ਕਿੱਦਾਂ ਕਰਾਂਗੇ? ਚਲੋ ਟੀਵੀ ਨਾ ਬੋਲਦੇ ਕਿੰਨਾ ਤੁਹਾਡੇ ਕੋਲ ਜਾਣਦੇ ਕਿ ਜ਼ਰੂਰ ਜਾਣਦੇ ਹਨ। ਦੇਖੋ ਕਿਸ ਤਰ੍ਹਾਂ ਜੇ ਪੁਲਿਸ ਵਾਲੇ ਵਿਚਾਰੇ ਹੱਥ ਹੱਥ ਜੋੜੇ ਲੋਕਾਂ ਦੇ, ਵੀ ਲੋਕਾਂ ਨੂੰ ਕਹਿ ਰਹੇ ਵੀ ਨਾ ਜਾਓ, ਲੋਕ ਹਟਦੇ ਨਹੀਂ ਆ। ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ? ਵੱਡੇ ਅਫਸਰ ਜੀ ਨੇ ਇਜਾਜ਼ਤ ਦਿੱਤੀ ਹੈ, ਮੁੰਡੇ ਇੱਥੋਂ ਜਾਣ ਨਹੀਂ ਦੇਣ, ਜਾਣ ਕੇ ਉਹਨੇ ਇਜਾਜ਼ਤ ਦਿੱਤੀ ਹੈ ਕਿ ਜਾਓ। ਪੁਲਿਸ ਨੂੰ ਜਿਹੜਾ ਸਾਂਭਣਾ ਲੋਕਾਂ ਨੂੰ ਕਾਫੀ ਮੁਸ਼ਕਿਲ ਹੋਇਆ ਵਾ, ਲੋਕ ਜਿਹੜੇ ਨੇ ਪੁਲਿਸ ਵਾਲੇ ਹੱਥੀਂ ਪੈ ਰਹੇ ਨੇ, ਲੋਕ ਇੰਨੇ ਦੁਖੀ ਨੇ, ਪਰ ਲੋਕ ਨਹੀਂ ਹਟਦੇ। ਲੋਕਾਂ ਕੀ ਕਿੱਥੇ ਜਾ ਰਹੇ ਭਾਅ ਜੀ? ਮੈਂ ਹਾਲ ਬਿਹਾਰ ਜਾਣਾ, ਦੇਖੋ 8 ਲੱਖ ਰੁਪਏ ਤਾਂ ਮੇਰੇ ਕੋਲ ਚੈੱਕ ਕੇ ਮੈਂ ਆਈ ਇੰਡੀਅਨ ਵਾਲੀ ਕੰਪਨੀ 'ਚ ਕੰਮ ਕਰਨ ਡਿਆ, ਉੱਥੋਂ 3 ਚੱਕਰ ਲਾ ਲਏ ਸਰ ਜੀ, ਉੱਧਰੋਂ ਜਾਓ ਉੱਧਰੋਂ ਕੀ ਕਰੀਏ ਦੱਸੋ। ਹੈਲੋ ਮੈਂ ਇੰਡੀਅਨ ਵਾਲੀ 'ਚ ਨੌਕਰੀ ਕਰਦਾ ਸਰ ਜੀ, ਮੇਰੇ ਮੈਂ ਕੋਈ ਪਰ ਮਨਾ ਕੀਤਾ, ਲੋਕ ਆਊਟ ਹੋਇਆ ਵਾ ਸ਼ਹਿਰੋਂ, ਕਹਿੰਦੇ ਜਾਣ ਵਾਸਤੇ ਸਭ ਕੁਛ ਆ, ਨਹੀਂ ਨਿਕਲਣਾ 31 ਮਾਰਚ ਤੱਕ। ਚੈੱਕ ਜੇ ਆਪਾਂ ਨਾ ਜਮ੍ਹਾਂ ਕਰਾਵਾਂਗੇ ਤਾਂ ਕੀ ਕਰਾਂਗੇ? ਜਿਹੜੇ ਘਰ ਦੀ ਜ਼ਰੂਰਤਮੰਦ ਚੀਜ਼ਾਂ ਹੈਗੀਆਂ ਉਹ ਵੀ ਨਾ ਘਰ ਲੈ ਕੇ ਜਾਈਏ? ਦੇਖੋ ਹੁਣ ਮੈਂ ਸਬਜ਼ੀ ਲੈ ਗਿਆ, ਦੁੱਧ ਲੈ ਗਿਆ, ਮੈਨੂੰ ਵਾਪਸ ਨਹੀਂ ਜਾਣ ਦਿੰਦਾ ਪਏ, ਕਿਸ ਤਰ੍ਹਾਂ ਮੈਨੂੰ ਦੱਸੋ ਆਪਣੇ ਘਰ ਦੀ ਸਾਡੀ ਫੈਮਿਲੀ ਬਣੇਗੀ? ਲੋਕਾਂ ਦਾ ਕਾਫੀ, ਲੋਕਾਂ ਦਾ ਗੁੱਸਾ ਵਾ, ਲੋਕਾਂ ਦਾ ਵੀ ਕਹਿਣਾ ਵੀ ਸਾਨੂੰ ਜਿਹੜਾ ਵਾ ਜ਼ਰੂਰੀ ਸਮਾਨ ਲੈ ਕੇ ਘਰੋਂ ਨਿਕਲਦੇ ਆ, ਸਾਨੂੰ ਬਿਲਕੁਲ ਘਰੋਂ ਨਿਕਲ ਦਿੱਤੇ ਜਾ, ਪੂਰਾ ਕਰਫਿਊ ਲਾ ਦੇਣ, ਹੈਂਗ ਨਾ ਅਸੀਂ ਘਰੋਂ ਨਾ ਨਿਕਲੀਏ। ਇੱਕ ਪਾਸੇ ਕਹਿੰਦੇ ਨੈਸੈਸਰੀ ਤੁਸੀਂ ਲੈ ਸਕਦੇ ਹੋ, ਘਰ ਦੀ ਨੀਡਸ ਲੈ ਸਕਦੇ, ਅਸੀਂ ਨੀਡਸ ਲੈ ਕੇ ਆਏ ਹਾਂ ਤਾਂ ਸਾਨੂੰ ਘਰ ਵਾਪਸ ਨਹੀਂ ਜਾਣ ਦਿੰਦੇ ਪਏ ਹੁਣ? ਮੈਨੂੰ 1 ਘੰਟਾ ਹੋ ਗਿਆ ਬਸ ਇਸ ਰਸਤੇ 'ਚ ਫਸਿਆ। ਪੁਲਿਸ ਤਾਂ ਜੱਦੋ ਜਹਿਦ ਕਰ ਰਹੀ ਹੈ, ਲੋਕਾਂ ਨਾਲ ਕਾਫੀ ਬਹਿਸ ਬਸਾਈ ਹੋ ਰਹੀ ਆ, ਲੋਕ ਨਹੀਂ ਹਟਦੇ ਫਿਰ ਵੀ ਲੋਕ, ਅਤੇ ਪੁਲਿਸ ਵਾਲਿਆਂ ਦਾ ਕਹਿਣਾ ਵੀ ਜ਼ਰੂਰੀ ਕੰਮ ਹੈ ਤਾਂ ਹੀ ਨਿਕਲੋ, ਨਹੀਂ ਤਾਂ ਨਾ ਨਿਕਲੋ। ਅਸੀਂ ਗੱਲਬਾਤ ਕਰ ਲੈਂਦੇ, ਸਾਡੇ ਨਾਲ ਹੋਰ ਵੀ ਜਿਹੜੇ ਲੋਕ ਨੇ ਗੱਲਬਾਤ ਕਰ ਲੈਂਦੇ ਆ। ਵੇਖੋ ਵੀਰ ਜੀ ਮਾੜਾ ਹਾਂਜੀ ਸਰਦਾਰੀ ਕਿੱਥੇ ਚਲੇ ਜੇ? ਦਰਬਾਰ ਸਾਹਿਬ ਜਾਣਾ ਜੀ, ਮਨਾ ਕੀਤਾ ਵਾ ਘਰੋਂ ਨਿਕਲਣ ਵਾਸਤੇ, ਤੁਸੀਂ ਫਿਰ ਬੱਚੇ ਨਾਲ ਲੈ ਕੇ ਆਏ ਜੀ? ਮਹਾਰਾਜ ਠੀਕ ਹੈ, ਮਹਾਰਾਜ ਦੇ ਘਰ ਉਹਨੇ ਸਭ ਕੁਝ ਕਰਨਾ ਜੋ ਕਰਨਾ, ਗੁਰੂ ਰਾਮਦਾਸ ਨੇ ਕਰਨਾ ਜੋ ਕਰਨਾ, ਉਹਦੇ ਹੱਥ ਵਾਸਤੇ ਸਾਡੇ ਹੱਥ ਵਾਸਤੇ ਕੋਈ ਨਹੀਂ ਹੈਗਾ। ਉਹ ਚਾਹੇ ਤਾਂ ਹੁਣੇ ਸਾਨੂੰ ਇੱਥੇ ਮਾਰ ਦੇਵੇ, ਹੁਣੇ ਭਾਵੇਂ
ਉਹਦੇ ਘਰ ਚੱਲੇ, ਉਹਦੇ ਘਰ ਜਾਂ ਤੋਂ ਢੱਕਣਾ ਚਾਹੀਦਾ ਸਾਨੂੰ ਇਹ ਬੱਚਿਆਂ ਨੂੰ ਘਰ ਛੱਡ ਜਾਣਾ ਸੀ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹੈ ਵੀਰ ਜੀ, ਕਰਨਾ ਉਹਨੇ ਗੁਰੂ ਰਾਮਦਾਸ ਨੇ ਕਰਨਾ, ਅਸੀਂ ਕੁਝ ਨਹੀਂ ਕਰ ਸਕਦੇ, ਸਾਡੇ ਹੱਥ ਵਾਸ ਕੁਝ ਨਹੀਂ ਹੈਗਾ। ਮੈਂ ਨਾ ਅਸੀਂ ਆਹ ਮਾਸਕ ਪਾਏ ਨਾ ਬਚਾਅ ਕਰਨ ਡੇ ਹਾਂ। ਗੁਰੂ ਰਾਮਦਾਸ ਦੇ ਘਰ ਤੋਂ ਅਸੀਂ ਨਹੀਂ ਵੱਡਾ ਜਿਣਦੇ, ਬਿਲਕੁਲ ਮੈਂ ਮੰਨਦਾ ਗੁਰੂ ਰਾਮਦਾਸ ਤੋਂ ਵੱਡਾ ਕੋਈ ਨਹੀਂ ਆ, ਪਰ ਗੁਰੂ ਰਾਮਦਾਸ ਦੇ ਜਿਹੜੇ ਲੋਕ ਨੇ ਉਹਨਾਂ ਕਿਹਾ ਗਿਆ ਵੀ ਕਰੋਨਾ ਨਿਕਲੋ ਆਪਣਾ ਬਚਾਅ ਕਰੋ। ਸਾਰੇ ਵੀਰ ਜੀ ਮੱਥੇ ਟੇਕਣ ਜਾਣ ਡੇ ਆ, ਜਾਣਾ ਚਾਹੀਦਾ ਮਹਾਰਾਜ ਦੇ ਘਰ, ਉਹਨੇ ਕਰਨਾ ਜੋ ਕਰਨਾ, ਅਸੀਂ ਤੇ ਐਵੇਂ ਕੋਈ ਚੀਜ਼ ਹੀ ਨਹੀਂ ਉਹਦੇ ਗਾੜੀ। ਮੈਂ ਮੰਨਦਾ ਬਿਲਕੁਲ ਯਕੀਨ ਨਹੀਂ ਆ, ਚਲੋ ਲੋਕਾਂ ਦਾ ਕਹਿਣਾ ਵੀ ਗੁਰੂ ਰਾਮਦਾਸ ਦੇ ਘਰੇ ਜਾ ਰਹੇ ਹਾਂ, ਹਰਿਮੰਦਰ ਸਾਹਿਬ ਜਾ ਰਹੇ ਹਾਂ ਜਿੱਥੇ ਕਿ ਲੋਕਾਂ ਨੂੰ ਕਿਹਾ ਗਿਆ ਮਨਾ ਕੀਤਾ ਵੀ ਕਰੋਨਾ ਨਿਕਲਣਾ, ਪਰ ਫਿਰ ਵੀ ਲੋਕ ਜਿਹੜੇ ਨਹੀਂ ਹਟਦੇ, ਅਤੇ ਇੱਥੇ ਜਿਹੜੇ ਪੁਲਿਸ ਵਾਲੇ ਲੋਕ ਨੇ ਉਹਨਾਂ ਨਾਲ ਕਾਫੀ ਬਹਿਸ ਬਸਾਈ ਹੋ ਰਹੀ ਆ। ਸਾਡੇ ਨਾਲ ਹੋਰ ਵੀ ਪੁਲਿਸ ਮੁਲਾਜ਼ਮ ਆਪਾਂ ਗੱਲਬਾਤ ਕਰ ਲੈਂਦੇ ਇਹਨਾਂ ਵੀਰ ਨਾਲ ਹੀ। ਵੀਰ ਜੀ ਕਿੰਨੀ ਕੁ ਮੁਸ਼ਕਿਲ ਆ ਰਹੀ ਮਲਕੀਤ ਜੀ? ਬਹੁਤ ਮੁਸ਼ਕਿਲ ਆ ਰਹੀ ਜੀ, ਇਕੱਲੇ ਇਕੱਲੇ ਨੂੰ ਪਬਲਿਕ ਦਾ, ਹਰ ਇੱਕ ਬੰਦੇ ਨੂੰ, ਬਜ਼ੁਰਗ ਨੂੰ, ਬੱਚਿਆਂ ਨੂੰ, ਹਰ ਇੱਕ ਨੂੰ ਸਮਝਾਉਣਾ ਪੈਂਦਾ। ਅੱਧੇ ਤੋਂ ਜ਼ਿਆਦਾ ਲੋਕ ਤਾਂ ਮਾਸਕ ਹੀ ਨਹੀਂ ਮੂੰਹ 'ਤੇ ਪਾ ਕੇ ਆਉਂਦੇ, ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਆਪਣੇ ਆਪਣੇ ਘਰਾਂ 'ਚ ਬੈਠੋ, ਇਸ ਤਰ੍ਹਾਂ ਨਾ ਬਾਹਰ ਘੁੰਮੋ, ਜਦੋਂ ਸਰਕਾਰ ਨੇ ਅਪੀਲ ਕੀਤੀ ਆ ਤੁਸੀਂ ਸਾਨੂੰ ਸਾਥ ਦਿਓ ਸਾਡਾ। ਅਸੀਂ ਦੇਖਿਆ ਕਿ ਤੁਸੀਂ ਪੁਲਿਸ ਮੁਲਾਜ਼ਮ ਹੋ ਕੇ ਹੱਥ ਜੋੜ ਰਹੇ ਲੋਕਾਂ ਗਾੜੀ ਬੇਨਤੀ ਕਰ ਰਹੇ ਹੋ, ਪਰ ਲੋਕ ਨਹੀਂ ਹਟਦੇ, ਲੋਕ ਤੁਹਾਡੀ ਗੱਲ ਪੈ ਰਹੇ ਆ। ਦੇਖੋ ਜੀ, ਸਾਨੂੰ ਤਾਂ ਸਹਿਣਸ਼ੀਲਤਾ ਸਿਖਾਈ ਆ ਸਾਡੇ ਸੀਨੀਅਰ ਅਫਸਰਾਂ ਨੇ ਕਿ ਜਿੰਨਾ ਉਸਕਾ ਸਹਿਣਸ਼ੀਲਤਾ ਰੱਖਣੀ ਆ, ਪਰ ਪਬਲਿਕ ਫਿਰ ਵੀ ਵੇਖੋ ਤੁਹਾਡੇ ਸਾਹਮਣੇ ਹੀ ਆ ਵੇਖੋ ਕੀ ਹੋ ਰਿਹਾ ਇੱਥੇ। ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ ਲੋਕਾਂ ਨੂੰ, ਪਬਲਿਕ ਨੂੰ ਸਮਝਾਉਣ ਦੀ ਵੀ ਆਪਣੇ ਆਪਣੇ ਘਰਾਂ 'ਚ ਬੈਠੋ ਬਗੈਰ ਕੰਮ ਤੋਂ, ਜੇ ਕੋਈ ਤੁਹਾਨੂੰ ਕੋਈ ਐਮਰਜੈਂਸੀ ਹੈ ਤਾਂ ਆਓ, ਨਹੀਂ ਤਾਂ ਬਗੈਰ ਗੱਲ ਤੋਂ ਘਰੋਂ ਬਾਹਰ ਨਾ ਨਿਕਲੋ। ਅਸੀਂ ਤਸਵੀਰਾਂ ਦਿਖਾਵਾਂਗੇ ਲਗਾਤਾਰ ਆਪਣੇ ਕੈਮਰੇ 'ਚ, ਕਿਸ ਤਰ੍ਹਾਂ ਵੀਰ ਜਿਹੜੇ ਪੰਜਾਬ ਪੁਲਿਸ ਦੇ ਕਿਸ ਤਰ੍ਹਾਂ ਜਿਹੜੀਆਂ ਵਾ ਆਪਣੀ ਸੇਫਟੀ ਕੀਤੀ ਆ। ਇੱਧਰ ਦਿਖਾਇਓ ਕੈਮਰਾਮੈਨ, ਮੈਂ ਸ਼ੋਰ ਸਿਖਾਵਾਂਗਾ। ਗਲਵਜ਼ ਪਾਏ ਆ ਅਤੇ ਰੁਮਾਲ ਵਗੈਰਾ ਸਾਡੇ ਮੂੰਹ ਤੋਂ ਬੰਨ੍ਹਿਆ ਵਾ, ਆਪਣੀ ਸੇਫਟੀ ਪੂਰੀ ਰੱਖੀ ਆ। ਉਹਨਾਂ ਦਾ ਕਹਿਣਾ ਵਾ ਵੀ ਜਾਣ ਹੈ ਅਤੇ ਜਹਾਨ ਹੈ ਸਭ ਕੁਝ ਆ, ਪਰ ਫਿਰ ਵੀ ਸਲੂਟ ਕਰਦੇ ਹਾਂ ਪੁਲਿਸ ਵਾਲਿਆਂ ਨੂੰ, ਕਿਸ ਤਰ੍ਹਾਂ ਜਿਹੜੇ ਡਿਊਟੀ ਨਿਭਾ ਰਹੇ ਨੇ, ਆਪਣੀ ਆਪਣਾ ਪਰਿਵਾਰ ਛੱਡ ਕੇ ਇੱਥੇ ਆਏ ਨੇ, ਡਿਊਟੀ ਨਿਭਾ ਰਹੇ, ਪਰ ਲੋਕ ਜਿਹੜੇ ਨੇ ਲੋਕ ਨਹੀਂ ਇਸ ਚੀਜ਼ ਨੂੰ ਆਖੇ ਲੱਗਦੇ। ਪੰਜਾਬ ਪੁਲਿਸ ਹੋ ਗਿਆ, ਡਾਕਟਰ ਹੋ ਗਏ ਜਾਂ ਮੀਡੀਆ ਕਰਮੀ ਹੋ ਗਏ, ਉਹਨਾਂ ਨੇ ਤਾਂ ਕੰਮ ਕਰਨਾ ਹੀ ਕਰਨਾ, ਡਿਊਟੀ ਕਰਨੀ ਕਰਨੀ ਆ, ਪਰ ਲੋਕ ਵੀ ਜਿਹੜੇ ਉਹ ਘਰਾਂ 'ਚ ਬਹਿ ਨਹੀਂ ਸਕਦੇ ਲੋਕਾਂ। ਅਤੇ ਵੀਰ ਜੀ ਕਿੰਨੀ ਕੁ ਮੁਸ਼ਕਿਲ ਆ ਰਹੀ ਤੁਹਾਨੂੰ ਵੀ? ਬਹੁਤ ਜ਼ਿਆਦਾ ਮੁਸ਼ਕਿਲ ਆ ਰਹੀ ਹੈ ਜੀ। ਅਸੀਂ ਤਾਂ ਬਥੇਰਾ ਸਮਝਾਉਂਦੇ ਹਾਂ ਪਰ ਕੋਈ ਸਮਝਦਾ ਨਹੀਂ, ਜਿਹੜਾ ਕਹਿੰਦਾ ਗੱਲ ਪੈਣ ਨੂੰ ਪੈਂਦਾ। ਚਲੋ ਗੱਲਬਾਤ ਕਰ ਲੈਂਦੇ ਸਾਡੇ ਨਾਲ ਹੋਰ ਵੀ ਜਿਹੜੇ ਲੋਕ ਨੇ, ਕਿਸ ਤਰ੍ਹਾਂ ਲੋਕ ਕਦੀ ਫੋਨਾਂ 'ਤੇ ਗੱਲਬਾਤ ਕਰਾ ਰਹੇ, ਕਦੀ ਕਿਸੇ ਨਾਲ ਗੱਲਬਾਤ ਕਰਾ ਰਹੇ ਨੇ। ਬੈਂਕ ਜਾਣਾ ਪੁਲਿਸ ਰੋਕ ਰਹੀ ਆ, ਲੋਕ ਨੀ ਹਟਦੇ, ਦੇਖੋ ਕਿਸ ਤਰ੍ਹਾਂ ਜਿਹੜੇ ਹੱਥ ਜੋੜ ਰਹੇ ਮੁਲਾਜ਼ਮ, ਪਰ ਲੋਕਾਂ ਦੇ ਗਾੜੀ ਲੋਕ ਨੀ ਅੱਖ ਲੱਗਦੇ, ਲੋਕਾਂ ਨਾਲ ਬੈਂਕ 'ਚ ਜਾਣਾ ਜ਼ਰੂਰੀ ਆ। ਲੋਕਾਂ ਦਾ ਕਹਿਣਾ ਵਾ ਵੀ ਬੈਂਕ ਜਾਣਾ ਜ਼ਰੂਰੀ ਹੈ, ਚਾਹੇ ਜਾਣ ਚਾਹੇ ਰਵੇ ਚਾਹੇ ਨਾ ਰਵੇ। ਕਿਸ ਤਰ੍ਹਾਂ ਵੇਖੋ ਪੰਜਾਬ ਪੁਲਿਸ ਦੇ ਜਿਹੜੇ ਜਵਾਨ ਨੇ ਡਿਊਟੀ ਨਿਭਾ ਰਹੇ, ਆਪਣੀ ਹੱਥਾਂ 'ਤੇ ਗਲਵਜ਼ ਪਾਏ ਨੇ, ਮੂੰਹ ਢੱਕੇ ਨੇ, ਲੋਕਾਂ ਗਾੜੀ ਹੱਥ ਜੋੜ ਰਹੇ ਨੇ, ਬੇਨਤੀ ਕਰ ਰਹੇ ਨੇ ਵੀ ਨਾ ਜਾਓ, ਪਰ ਲੋਕ ਨਹੀਂ ਹਟਦੇ, ਲੋਕ ਅੱਗੋਂ ਗੱਲ ਪੈ ਰਹੇ ਉਹਨਾਂ ਦੇ, ਅਤੇ ਲੋਕਾਂ ਦਾ ਕਹਿਣਾ ਕੋਈ ਬੈਂਕ ਜਾ ਰਿਹਾ, ਕੋਈ ਕਿਤੇ ਜਾ ਰਿਹਾ ਵਾ। ਇਹ ਤਸਵੀਰਾਂ ਲਗਾਤਾਰ ਤੁਸੀਂ ਅੰਮ੍ਰਿਤਸਰ ਦੀਆਂ ਦੇਖ ਰਹੇ ਹੋ, ਕਿਸ ਤਰ੍ਹਾਂ ਜਿਹੜਾ ਬੰਦ ਕੀਤਾ ਵਾ, ਪਰ ਲੋਕਾਂ ਦਾ ਕਹਿਣਾ ਵਾ ਲੋਕ ਲਗਾਤਾਰ ਜਿਹੜੇ ਨੇ ਉਹ ਜਾ ਰਹੇ ਨੇ। ਲੋਕਾਂ ਦਾ ਕਹਿਣਾ ਕੋਈ ਬੈਂਕ ਜਾਣਾ ਜ਼ਰੂਰੀ ਆ, ਪੈਸੇ ਕਢਾਉਣੇ ਆ, ਪਰ ਮੈਂ ਕਹਿੰਦਾ ਜੇ ਜਾਣ ਆ ਤਾਂ ਜਹਾਨ ਆ, ਜੇ ਜਾਣ ਨਹੀਂ ਰਹੀ ਤਾਂ ਪੈਸੇ ਕੀ ਕਰੋਗੇ, ਬੈਂਕ ਜਿਹੜੇ ਪੈਸੇ ਨੇ ਬੈਂਕਾਂ 'ਚ ਰਹਿ ਜਾਣੇ ਆ।
ਤਸਵੀਰ ਵਾਲਾ ਸਰਦਾਰ ਜੀ ਆਏ ਆ, ਹਟਦੇ ਨਹੀਂ ਆ। ਲੋਕਾਂ ਦਾ ਕਹਿਣਾ ਕਿਸ ਤਰ੍ਹਾਂ ਪ੍ਰਸ਼ਾਸਨ ਹੱਥ ਜੋੜਿਆ ਲੋਕਾਂ ਗਾੜੀ। ਹਾਂਜੀ ਵੀਰ, ਕਿੱਥੇ ਜੇ? ਰਾਮਬਾਗ ਤੱਕ ਚੱਲਿਆ। ਰਾਮਬਾਗ ਤੱਕ ਜਾਣਾ, ਮਨਾ ਕੀਤਾ ਘਰੋਂ ਨਿਕਲਵਾ ਤੁਸੀਂ? ਪਰ ਜ਼ਰੂਰੀ ਹੈ, ਕੋਈ ਮੈਡੀਸਿਨ ਲੈਣੀ ਹੈ ਕਿਸੇ ਦੇ ਘਰੋਂ ਆਪਣੇ? ਮੈਡੀਸਿਨ ਲੈਣੀ, ਪਰ ਜਦੋਂ ਮਨਾ ਕੀਤਾ ਨਾ ਅਸੀਂ ਗਲਵਸ ਪਾਏ ਆ, ਕਿੰਨੀ ਕੁ ਪ੍ਰੋਬਲਮ ਇੱਥੇ ਲੋਕਾਂ ਨਾਲ ਆਉਂਦੀ ਹੈ। ਦੇਖੋ ਹੁਣ ਆਪਾਂ ਮਾਸਕ ਪਾ ਕੇ ਚੱਲੇ ਹੋਏ ਹਾਂ, ਬਾਕੀ ਸਭ ਦੁਨੀਆ ਦੇ ਨਾਲ ਐਗਰੀ ਕਰ ਰਹੇ ਹਾਂ। ਪ੍ਰਸ਼ਾਸਨ ਤੁਹਾਡੇ ਵਾਸਤੇ ਵੇਖੋ ਖੜਾ ਵਾ, ਤੁਹਾਡੇ ਵਾਸਤੇ ਬਿਲਕੁਲ ਬਿਲਕੁਲ ਐਗਰੀ ਜੀ, ਫੁੱਲੀ ਐਗਰੀ। ਅਪਡੇਟ ਕਰੋ ਪਲੀਜ਼। ਬਿਲਕੁਲ ਬਿਲਕੁਲ ਫੁੱਲੀ। ਇਹ ਸੀ ਅੰਮ੍ਰਿਤਸਰ ਦੇ ਲੋਕ ਜਿਨ੍ਹਾਂ ਨਾਲ ਗੱਲਬਾਤ ਕੀਤੀ, ਅਤੇ ਨਾਲ ਸੀ ਪੰਜਾਬ ਪੁਲਿਸ ਦੇ ਜਿਹੜੇ ਜਵਾਨ ਨੇ, ਜਿਨ੍ਹਾਂ ਨੂੰ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਜਿਹੜੀ ਆ ਸਵੇਰ ਤੋਂ ਲੈ ਕੇ ਜੀ ਡਿਊਟੀ ਕਰ ਰਹੇ, ਲੋਕਾਂ ਗਾੜੀ ਹੱਥ ਜੋੜ ਰਹੇ, ਮਿਹਨਤਾਂ ਕਰ ਰਹੇ। ਪਰ ਲੋਕ ਨਹੀਂ ਆਖੇ ਲੱਗਦੇ, ਲੋਕਾਂ ਦਾ ਕਹਿਣਾ ਵਾ ਕਿਸੇ ਦੇ ਬੈਂਕ ਜਾਣਾ ਵਾ, ਕਿਸੇ ਕਿਤੇ ਜਾਣਾ ਵਾ। ਸਾਡੀ ਵੀ ਲੋਕਾਂ ਨੂੰ ਅਪੀਲ ਆ, ਜ਼ਰੂਰੀ ਕੰਮ ਹੈ ਤਾਂ ਫਿਰ ਹੀ ਘਰੋਂ ਨਿਕਲੋ, ਨਹੀਂ ਤਾਂ ਨਾ ਨਿਕਲੋ। ਅੰਮ੍ਰਿਤਸਰ ਤੋਂ ਪੰਜਾਬੀ ਲੋਕ ਚੈਨਲ ਲਈ ਹਰਜੀਤ ਗਰੇਵਾਲ ਦੀ ਖਾਸ ਰਿਪੋਰਟ। ਮੇਰਾ ਨਾਮ ਨੀਲਮ ਹੈ, ਮੇਰੇ ਘਰ ਦਾ ਨਾਮ ਸਰਦਾਰ ਸੂਬਾ ਸਿੰਘ ਆ। ਅਸੀਂ ਪਿੰਡ ਆਲੇਵਾਲ ਦੇ ਰਹਿਣ ਵਾਲੇ ਹਾਂ, ਫਿਰੋਜ਼ਪੁਰ ਜ਼ਿਲ੍ਹਾ ਫਿਰੋਜ਼ਪੁਰ। ਅਤੇ ਮੇਰੇ ਕੈਂਸਰ ਹੋ ਗਿਆ ਸੀ 2000 ਵਿੱਚ, ਅਤੇ ਮੈਂ ਪੀ ਜੀ ਆਈ ਚੰਡੀਗੜ੍ਹ ਤੋਂ ਇਲਾਜ ਕਰਵਾਇਆ ਸੀ ਜੀ। ਉੱਥੇ ਓਪਰੇਸ਼ਨ ਕੀਤਾ ਉਹਨਾਂ ਨੇ, ਮੇਰਾ ਓਪਰੇਸ਼ਨ ਕਰਤਾ, ਅਤੇ ਇਲਾਜ ਲੂਜ ਤੋਂ ਬਾਅਦ ਮੈਂ 2 ਸਾਲ ਬਾਅਦ ਫਿਰ ਕੈਂਸਰ ਫੁੱਟ ਪਿਆ। ਫਿਰ ਮੈਨੂੰ ਇਹਨਾਂ ਨੇ ਦੱਸਿਆ ਰੋਮੋਸਟੈਟਿਕ ਵਾਲਿਆਂ ਦਾ, ਫਿਰ ਮੈਂ ਇੱਥੇ ਚਲੀ ਗਈ। ਅਤੇ ਇੱਥੇ ਮੈਨੂੰ ਜਾਂਦਿਆਂ ਉਹਨਾਂ ਨੇ 8 ਦਿਨ ਦੀ ਦਵਾਈ ਦਿੱਤੀ, ਅਤੇ 8 ਦਿਨ ਬਾਅਦ ਮੈਨੂੰ ਥੋੜ੍ਹਾ ਫਰਕ ਪੈਣਾ ਸ਼ੁਰੂ ਹੋ ਗਿਆ ਕਿ ਮੈਨੂੰ ਪਹਿਲਾਂ ਐਂ ਸੀਗਾ ਕਿ ਨਹੀਂ ਬਚਦੀ। ਫਿਰ ਮੜ ਕੇ ਜਦੋਂ ਇਹਨਾਂ ਦਵਾਈ ਦਿੱਤੀ ਤਾਂ ਉਹਦੇ ਨਾਲ ਮੈਨੂੰ ਬਹੁਤ ਫਰਕ ਪੈ ਗਿਆ। 8 ਦਿਨਾਂ 'ਚ ਥੋੜ੍ਹਾ ਜਿਹਾ ਪੈਣਾ ਫਰਕ ਹੋ ਗਿਆ। 3 ਮਹੀਨੇ ਦਾ ਇਲਾਜ ਸੀ ਇਹਨਾਂ ਦਾ, ਵੀ 3 ਮਹੀਨੇ ਅਸੀਂ ਦਵਾਈ ਖਵਾਵਾਂਗੇ ਫਿਰ ਠੀਕ ਕਰਾਂਗੇ ਤੈਨੂੰ। ਉਹ 3 ਮਹੀਨਿਆਂ ਦੇ ਵਿੱਚ ਉਹ ਵੀ ਮੈਂ 8 ਦਿਨ ਘੱਟ ਹੀ ਖਾਧੀ ਦਵਾਈ, ਅਤੇ ਮੈਂ ਠੀਕ ਹੋ ਗਈ ਬਿਲਕੁਲ। ਫਿਰ ਮੈਂ ਇੱਥੋਂ ਬਾਗੀ ਤੋਂ ਕਰਵਾਇਆ, ਸੀਟੀ ਸਕੈਨ ਕਰਵਾਈ, ਸਾਰੇ ਟੈਸਟ ਦੁਬਾਰਾ ਕਰਵਾਏ ਵੀ ਕੈਂਸਰ ਹੋ ਫਿਰ ਰਹਿ ਤਾਂ ਨਹੀਂ ਗਿਆ ਕਿਤੇ। ਉਹ ਕਹਿੰਦੇ ਨਹੀਂ ਜੀ, ਹੁਣ ਤੂੰ ਬਿਲਕੁਲ ਠੀਕ ਆ।